ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹੋਊਗਾ ਕਿ ਸਾਰੇ ਮੇਰੇ ਵੀਰ ਠੀਕ ਹੋਣਗੇ, ਚੜ੍ਹਦੀ ਕਲਾ 'ਚ ਹੋਣਗੇ। ਅੱਜ ਆਪਾਂ ਇਹ ਦੋ ਡੋਗ ਨੂੰ ਘਰੋਂ ਰੋਟੀ ਲਿਆ ਕੇ ਖਵਾਈ ਆ। ਇਹ ਡੋਗ ਆਪਾਂ ਨਾਲ ਬਹੁਤ ਪਿਆਰ ਕਰਦੀ, ਇਹਦੀ ਪੂਛ 'ਤੇ ਕੀੜੇ ਪੈ ਗਏ ਸੀ, ਇਸ ਕਰਕੇ ਆਪਾਂ ਇਹਦਾ ਟ੍ਰੀਟਮੈਂਟ ਕੀਤਾ। ਉਦੋਂ ਤੋਂ ਆਪਣਾ ਖੜਾ ਨਹੀਂ ਛੱਡਦੀ, ਜਦੋਂ ਵੀ ਆਪਾਂ ਕੋਈ ਘਰ ਮੀਟ ਦੀ ਸਬਜ਼ੀ ਬਣਾਈ ਦੀ ਆ, ਇਸ ਨੂੰ ਜ਼ਰੂਰ ਰੋਟੀ ਪਾ ਕੇ ਜਾਈਦੀ ਆ। ਅਤੇ ਇਹ ਇਸਦਾ ਬੇਟਾ ਆ ਨਾਲ, ਇਹਨਾਂ ਦੋਵਾਂ ਨੇ ਰੋਟੀ ਖਾਣੀ ਆ। ਇਹ ਜਦੋਂ ਵੀ ਮੈਨੂੰ ਵੇਖ ਲਏ ਦੂਰੋਂ, ਇਹਨੇ ਆਪਾਂ ਨੂੰ ਆਣ ਕੇ ਆ ਕਰਨਾ ਮਿਲਣਾ। ਇਸ ਲਈ ਸੋ ਮੇਰੇ ਵੀਰ, ਜਿੰਨੇ ਵੀ ਮੇਰੀ ਵੀਡੀਓ ਨੂੰ ਵੇਖ ਰਹੇ ਆ, ਵੱਧ ਤੋਂ ਵੱਧ ਸਪੋਰਟ ਕਰੋ ਅਤੇ ਚੈਨਲ ਨੂੰ ਮੇਰੇ ਵੀਰ ਸਾਰੇ ਸਬਸਕ੍ਰਾਈਬ ਕਰੋ। ਜਿੰਨੇ ਵੀ ਮੇਰੇ ਵੀਰ ਵੀਡੀਓ ਵੇਖ ਕੇ ਅੱਗੇ ਚਲ ਜਾਂਦੇ ਆ, ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ, ਕਿਉਂਕਿ ਵੀਰ ਜੀ ਜੋ ਵੀ ਆਪਾਂ ਨੂੰ ਇਹਦੇ ਯੂਟਿਊਬ ਤੋਂ ਪੈਸਾ ਆਉਣਾ ਆ, ਆਪਾਂ ਇਹਨਾਂ ਕੁੱਤਿਆਂ 'ਤੇ ਹੀ ਲਾਉਣਾ। ਆਪਣੀ ਕਮਾਈ ਵਾਸਤੇ ਆਪਾਂ ਕੁਝ ਨਹੀਂ ਕਰਦੇ ਪਏ। ਆਪਣਾ ਸ਼ੌਂਕ ਹੈ ਕਿ ਇਹਨਾਂ ਵਾਸਤੇ ਜੋ ਵੀ ਬਿਮਾਰ ਕੁੱਤੇ ਹੁੰਦੇ ਉਹਨਾਂ ਵਾਸਤੇ ਥੋੜ੍ਹੀ ਜਿਹੀ ਜਗ੍ਹਾ ਬਣਾਈ ਜਾਵੇ, ਅਤੇ ਜਿਹਦੇ ਨਾਲ ਆਪਾਂ ਇਹਨਾਂ ਨੂੰ ਉੱਥੇ ਰੱਖ ਕੇ ਇਹਨਾਂ ਨਾਲ ਟ੍ਰੀਟਮੈਂਟ ਕਰ ਸਕੀਏ। ਹੁਣ ਕਿਉਂਕਿ ਆਪਾਂ ਬਹੁਤ ਕੁੱਤਿਆਂ ਨਾਲ ਟ੍ਰੀਟਮੈਂਟ ਕਰਦੇ ਹਾਂ, ਪਰ ਆਪਣੇ ਕੋਲ ਜਗ੍ਹਾ ਨਹੀਂ ਹੁੰਦੀ ਉਹਨਾਂ ਕੋਲ ਰੱਖਣ ਵਾਸਤੇ, ਦੂਰ ਜਾ ਕੇ ਕਿ ਜਾਂ ਕੋਈ ਜ਼ਿਆਦਾ ਸੀਰੀਅਸ ਹੁੰਦਾ ਉਹਨੂੰ ਹੋਸਪਿਟਲ ਛੱਡ ਕੇ ਆਉਂਦਾ। ਅਤੇ ਇਸ ਕਰਕੇ ਮੇਰੇ ਵੀਰ ਸਾਰੇ ਤੁਸੀਂ ਸਾਥ ਦਿਓ ਅਤੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਅਤੇ ਸਬਸਕ੍ਰਾਈਬ ਕਰੋ, ਜੋ ਕਿ ਇਹਨਾਂ ਗਰੀਬ ਦੁਆਰਾ ਡੋਗਸ ਦਾ ਇਲਾਜ ਹੋ ਸਕੇ। ਅਤੇ ਇਹਨਾਂ ਨੂੰ ਆਪਾਂ ਵੱਧ ਤੋਂ ਵੱਧ ਪਿਆਰ ਕਰੀਏ ਅਤੇ ਸ਼ੇਅਰ ਅਤੇ ਸਪੋਰਟ ਕਰੀਏ। ਧੰਨਵਾਦ ਵੀਰ ਜੀ ਬਹੁਤ ਬਹੁਤ ਤੁਹਾਡਾ। ਇਹਨਾਂ ਨੂੰ ਆਪਾਂ ਰੋਟੀ ਖਵਾ ਕੇ ਚਲ ਜਾਣਾ ਘਰ ਨੂੰ। ਅਤੇ ਵੀਰ ਜੀ ਜਦੋਂ ਇਹ ਨਹੀਂ ਕਿ ਆਪਾਂ ਡੇਲੀ ਪਾਉਂਦੇ ਹਾਂ, ਜਦੋਂ ਆਪਾਂ ਨੂੰ ਲੱਗੇ ਕਿ ਇਹਨਾਂ ਨੂੰ ਰੋਟੀ ਪਾਉਣੀ ਆ, ਅਤੇ ਜੇ ਤਾਜ਼ੇ ਦਿਮਾਗ 'ਚ ਇਹਨਾਂ ਨੂੰ ਰੋਟੀ ਜ਼ਰੂਰ ਪਾ ਕੇ ਜਾਈਦੀ ਆ। ਅਤੇ ਕੋਈ ਆਪਣਾ ਇਹੋ ਜਿਹਾ ਮਕਸਦ ਨਹੀਂ ਕਿ ਆਪਾਂ ਇਹਨਾਂ ਨੂੰ ਦੋ ਰੋਟੀਆਂ ਪਾ ਕੇ ਇਹਨਾਂ ਤੋਂ ਵੀਡੀਓ ਬਣਾ ਲੈਣੀ ਆ। ਪਹਿਲਾਂ ਵੀ ਤੁਸੀਂ ਵੇਖ ਸਕਦੇ ਕਿ ਇਹਦੀ ਪੂਛ ਕੱਟੀ ਹੋਈ ਸੀ ਅਤੇ ਉਹਨੂੰ ਕਾਫੀ ਜ਼ਿਆਦਾ ਕੀੜੇ ਪਏ ਹੋਏ, ਪੂਛ ਇਹਦੀ ਝੜ ਗਈ, ਲੇਕਿਨ ਆਪਾਂ ਇਹਦੀ ਪੂਛ ਦਾ ਟ੍ਰੀਟਮੈਂਟ ਕੀਤਾ। ਅਤੇ ਥੋੜ੍ਹਾ ਜਿਹਾ ਆਪਾਂ ਵੀਡੀਓ ਬਣਾਉਣ 'ਚ ਉਦੋਂ ਲੇਟ ਹੋ ਗਿਆ, ਆਪਣਾ ਧਿਆਨ ਨਹੀਂ ਹੁੰਦਾ ਯੂਟਿਊਬ 'ਤੇ ਵੀਡੀਓ ਬਣਾਉਂਦੇ। ਵੇਖੋ ਹੁਣ ਕਿੱਦਾਂ ਹੱਥ 'ਚ ਲਿਫਾਫੇ ਖੋਈ ਜਾਂਦਾ ਆ। ਇੱਕ ਕੁੱਤੇ ਲਈ ਹੋਰ ਲਿਆਂਦੀ, ਉਹ ਮਿਲਿਆ ਨਹੀਂ, ਉਹਨਾਂ ਦੀ ਵੀ ਇਹਨਾਂ ਨੂੰ ਹੀ ਪਾਦੇ ਲੱਗੇ ਆ ਅਤੇ ਇਹੋ ਹੀ ਖਾ ਲੈਣਗੇ ਉਹ। ਇੱਕ ਹੋਰ ਹੁੰਦਾ ਇਹਨਾਂ ਦੇ ਨਾਲ, ਇਹਨਾਂ ਦਾ ਸਾਥੀ ਉਹ ਹੈਗਾ ਨਹੀਂ, ਅਤੇ ਇੱਕ ਦੂਜੇ ਨੂੰ ਹੁਣ ਘੋਰੀ ਜਾਣਦੇ ਆ। ਨਹੀਂ ਘੁਰਦੀ ਕਿਉਂ ਉਹਨੂੰ, ਰਮਾਨ ਨਾਲ ਖਾਓ ਰੋਟੀ, ਲੜਦੇ ਕਿਉਂ ਜੀ? ਅਤੇ ਲੜਦੇ ਨਹੀਂ ਵੀਰ ਜੀ, ਬਹੁਤ ਹੀ ਭਲੀ ਮਾਨਸ ਕੁੱਤੀ ਪਹਿਲਾਂ ਕਿ ਇਹਨੇ ਰੱਖੀ ਸੀ ਆਪਣੇ ਘਰ, ਉਹਨਾਂ ਨੇ ਵਾਰਾ ਕਰਤੀ ਆ, ਲੈ ਆਉਂਦੇ ਲੋਕ ਰੱਖਦੇ ਨਹੀਂ ਇਹਨਾਂ ਨੂੰ। ਅਤੇ ਇਸ ਲਈ ਆਪਾਂ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।